ਸੀਗੇ ਵੀ 2024 ਦੀ ਜਨਵਰੀ 'ਚ ਉਹਨਾਂ ਦੀ ਮੈਰਿਜ ਕਰਾਂਗੇ, ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ। ਉਹਨਾਂ ਦਾ ਫੋਨ ਆਉਂਦਾ ਹੁੰਦੀ ਆ, ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ, ਉਹ ਬੇਟੀ ਵੀ ਆਈ ਸੀ, ਬੜਾ ਅਸੀਂ ਆਉਣ 'ਤੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ। ਹੁਣ ਥੋੜ੍ਹੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ, ਅਤੇ ਬਹੁਤ ਵੱਡਾ ਨਿਆਂ ਹੋ ਗਿਆ, ਪਰਮਾਤਮਾ ਨੇ ਬਹੁਤ ਵੱਡਾ ਦਿੱਤਾ। ਮਾਪਿਆਂ ਦਾ ਹੁਣ ਹਰ ਸੋਹਣਾ ਜਵਾਨ ਪੁੱਤ ਵਿਦੇਸ਼ ਦੇ ਵਿੱਚ ਪੱਕਾ ਵੀ ਹੋ ਗਿਆ ਸੀ ਅਤੇ ਇਸੇ ਮਹੀਨੇ ਇਸਦਾ ਵਿਆਹ ਵੀ ਹੋ ਜਾਣਾ ਸੀ। ਮਾਪਿਆਂ ਨੇ ਦੱਸਿਆ ਕਿ ਉਹ ਇੱਕ ਚੰਗਾ ਗਾਇਕ ਸੀ ਜਿਸ ਦੇ ਚੱਲਦੇ ਹੋਏ ਉਸਦੀ ਪਹਿਲੀ ਐਲਬਮ ਵੀ ਇਸੇ ਸਾਲ ਆਉਣੀ ਸੀ। ਇਹ ਸਾਰੀਆਂ ਖੁਸ਼ੀਆਂ ਉਸ ਮੁੰਡੇ ਦੇ ਨਸੀਬ ਦੇ ਵਿੱਚ ਨਹੀਂ ਸਨ। ਇਸ ਤੋਂ ਮਾੜੀ ਕਿਸਮਤ ਹੋਰ ਕੀ ਹੋਵੇਗੀ ਕਿ ਸਭ ਕੁਛ ਧਰਿਆ ਧਰਾਇਆ ਰਹਿ ਗਿਆ, ਸਾਰੇ ਸੁਪਨੇ ਟੁੱਟ ਗਏ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਮਾਪਿਆਂ ਤੋਂ ਸਭ ਕੁਛ ਖੋ ਲਿਆ ਗਿਆ। ਚੜ੍ਹਦੇ ਸਿਆਲ ਮਾਪਿਆਂ ਨੇ ਆਪਣੇ ਪੁੱਤ ਦਾ ਵਿਆਹ ਰੱਖਿਆ ਸੀ। ਜਨਵਰੀ ਮਹੀਨੇ ਦੇ ਵਿੱਚ ਇਸ ਵਿਆਹ ਦੀਆਂ ਤਿਆਰੀਆਂ ਦੇ ਨਾਲ ਨਾਲ ਕੁੜੀ ਨੂੰ ਸ਼ਗਨ ਪੈਣੇ ਵੀ ਸ਼ੁਰੂ ਹੋ ਚੁੱਕੇ ਸਨ। ਇਹ ਕੁੜੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਬੇਹੱਦ ਹੀ ਖੁਸ਼ ਸੀ। ਇਸ ਮੌਕੇ 'ਤੇ ਮੁੰਡੇ ਦੇ ਪਿਤਾ ਨੇ ਦੱਸਿਆ ਕਿ ਅਸੀਂ ਪੂਰੀਆਂ ਤਿਆਰੀਆਂ ਕਰ ਚੁੱਕੇ ਸੀ ਅਤੇ ਬੀਤੇ ਦਿਨੀ ਜਦੋਂ ਉਸਨੇ ਆਪਣੇ ਮੁੰਡੇ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਨਹੀਂ ਪਤਾ ਸੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਉਹ ਜਾਨ ਗਵਾ ਦੇਵੇਗਾ ਅਤੇ ਉਹ ਕੀਤੀ ਹੋਈ ਗੱਲ ਆਖਰੀ ਹੋਵੇਗੀ। ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ ਦੀ ਕੈਨੇਡਾ ਦੇ ਵਿੱਚ ਦੁਖਦ ਘਟਨਾ ਵਾਪਰਨ ਤੋਂ ਬਾਅਦ ਜਾਨ ਗਈ ਹੈ। ਪਤਾ ਲੱਗਿਆ ਕਿ ਉਹ ਜ਼ਿੰਦਾ ਹੀ ਆਪਣੀ ਕਾਰ ਦੇ ਵਿੱਚ ਸੜ ਗਿਆ। 31 ਦਸੰਬਰ ਨੂੰ ਸੜਕ ਹਾਦਸੇ ਦੇ ਵਿੱਚ ਉਸਦੀ ਜਾਨ ਗਈ ਅਤੇ ਜਦੋਂ ਇਹ ਖਬਰ ਮਾਪਿਆਂ ਦੇ ਕੰਨਾਂ ਦੇ ਵਿੱਚ ਪਈ ਤਾਂ ਉਹਨਾਂ ਦੇ ਦੁੱਖ ਦੀ ਕੋਈ ਸੀਮਾ ਨਾ ਰਹੀ। ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਆਪ ਦੇ ਸੀਨੀਅਰ ਆਗੂ ਸਾਬਕਾ ਜੇਈ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਵਿਸ਼ਵਰਾਜ 2017 ਦੇ ਵਿੱਚ ਪੜ੍ਹਾਈ ਕਰਨ ਦੇ ਲਈ ਵਿਦੇਸ਼ ਦੇ ਵਿੱਚ ਗਿਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੁਣ ਉਸਦਾ PR ਵੀ ਹੋ ਜਾਣਾ ਸੀ ਅਤੇ ਨਾਲ ਹੀ ਉਸਦੀ ਇੱਕ ਕੈਸੈਟ ਵੀ ਕੱਢੀ ਜਾਣੀ ਸੀ। ਗਾਇਕੀ ਦਾ ਉਹ ਸ਼ੌਂਕ ਵੀ ਰੱਖਦਾ ਸੀ ਅਤੇ ਵਧੀਆ ਗਾਇਕ ਸੀ। ਪੰਜਾਬ ਆਉਂਦੇ ਹੀ ਉਸਦੀ ਇੱਕ ਐਲਬਮ ਕੱਢੀ ਜਾਣੀ ਸੀ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਸਦੀ ਮੰਗਣੀ ਹੋ ਚੁੱਕੀ ਸੀ ਜਿਸ 'ਤੇ ਚੱਲਦੇ ਹੋਏ ਮੁੰਡੇ ਦਾ ਵਿਆਹ ਜਨਵਰੀ ਮਹੀਨੇ ਦੇ ਵਿੱਚ ਰੱਖਿਆ ਹੋਇਆ ਸੀ। ਇਹ ਮੰਗਣੀ ਵੀ ਕੈਨੇਡਾ ਰਹਿੰਦੀ ਕੁੜੀ ਦੇ ਨਾਲ ਹੋਈ ਸੀ ਜੋ ਕਿ ਵਿਆਹ ਦੇ ਸੰਬੰਧ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਆਈ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਇਸੇ ਮਹੀਨੇ ਵਿਆਹ ਹੋ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਵਿਸ਼ਵਰਾਜ ਦੁਨੀਆ ਤੋਂ ਤੁਰ ਗਿਆ। ਪਤਾ ਲੱਗਿਆ ਕਿ ਉਹ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਦੇ ਲਈ ਕਾਰ ਲੈ ਕੇ ਗਿਆ ਸੀ। ਅਚਾਨਕ ਉਸਦੀ ਕਾਰ ਬਰਫ਼ ਤੋਂ ਖਿਸਕ ਕੇ ਪਲਟੀਆਂ ਖਾਂਦੀ ਹੋਈ ਦੂਜੀ ਸਾਈਡ ਜਾ ਡਿੱਗੀ। ਇਸ ਦੇ ਕਾਰਨ ਹੀ ਕਾਰ ਨੂੰ ਅੱਗ ਲੱਗੀ ਅਤੇ ਉਹ ਕਾਰ ਦੇ ਵਿੱਚ ਹੀ ਜ਼ਿੰਦਾ ਸੜ ਗਿਆ। ਬੇਟਾ ਜੀ 2017 'ਚ ਗਿਆ ਸੀਗਾ ਦਸੰਬਰ ਦੇ ਵਿੱਚ, ਅਤੇ ਸਟੱਡੀ ਬੇਸ 'ਤੇ ਗਿਆ ਸੀਗਾ ਜਿੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ। ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ 'ਤੇ PEI ਦੇ ਵਿੱਚ 2-3 ਸਾਲ ਉੱਥੇ PEI ਲਾਏ। ਉੱਥੋਂ ਫਿਰ ਹੁਣ ਬਰੈਂਪਟਨ ਆ ਗਿਆ ਸੀ, PR ਲੱਗੀ ਹੋਈ ਸੀ ਨੇੜੇ, 10 ਦਿਨ 'ਚ PR ਆਉਣ ਵਾਲੀ ਸੀਗੀ। ਅਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ, ਵਿਆਹ ਕਰਨਾ ਸੀ, ਮੀਨ ਬਾਈ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨ 31 ਤਰੀਕ ਨੂੰ। ਐਕਸੀਡੈਂਟ ਬਰਫ ਦੇ ਉੱਤੇ ਗੱਡੀ ਤੇਜ਼ ਸੀਗੀ, ਸਕਿੱਡ ਕਰ ਗਈ, 2-3 ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਭੇ 'ਚ ਲੱਗ ਕੇ ਦੂਜੇ ਪਾਸੇ ਸੜਕ ਵੀ ਚੱਲੀ ਗਈ, ਉੱਧਰ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਗੱਡੀ ਬਰਨ ਹੋ ਗਈ।
ਅੱਗ ਲੱਗ ਗਈ ਗੱਡੀ ਨੂੰ ਪਿੱਛੇ ਸੀਗਾ ਅਤੇ ਬੈਲਟ ਲੱਗੀ ਹੋਈ ਸੀ ਖੁੱਲ੍ਹੀ ਖਾਲੀ ਨਹੀਂ ਜਾਂ ਸੱਟ ਜ਼ਿਆਦਾ ਲੱਗੀ ਨਾਲ ਗੱਡੀ ਦੀ ਬਰਨ ਹੋ ਗਿਆ ਸੀ ਇਸ ਤਰ੍ਹਾਂ ਦਾ ਮੌਤ ਹੋ ਗਈ ਹਾਂ ਮੇਰੀ ਦਿਨ 'ਚ ਗੱਲ ਹੋਈ ਆ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਸਰ ਮੇਰੇ ਸਨ ਇਨ ਲਾਅ ਨੇ ਆਉਣਾ ਸੀਗਾ ਇੱਥੇ ਅਤੇ ਮੈਂ ਕਿਹਾ ਤੂੰ ਘਰ ਆ ਉਹਨਾਂ ਨੂੰ ਛੱਡ ਕੇ ਆਉਣਾ ਏਅਰਪੋਰਟ 'ਤੇ ਕਹਿੰਦਾ ਪਾਪਾ ਮੈਂ ਹੁਣੇ ਹੁਣ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਹਤੀ ਆ ਉਹਦੇ ਨਾਲ ਫੋਟੋ ਫਾਟੋ ਖਿਚਾ ਕੇ ਮੈਨੂੰ ਫੋਟੋ ਪਾ ਤੀ ਮੈਨੂੰ ਕਹਿੰਦਾ ਬਾਪੂ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਅਤੇ ਫਿਰ ਪਤਾ ਨਹੀਂ ਬਾਅਦ ਦੇ ਵਿੱਚ ਫਿਰ ਕਿਤੇ ਘੁੰਮਣ ਘੁੰਮਣ ਚਲੇ ਗਏ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘੁੰਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਅਤੇ ਉੱਥੇ ਬੜੇ ਦੋਸਤ ਇਹਦੇ ਕਹਿੰਦੇ ਸੀ ਵੀ ਅਸੀਂ ਤੇਰੀ ਐਲਬਮ ਕਰਵਾਉਣੀ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਵਾਉਣੀ ਸੀਗੀ ਹਾਂ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਹ ਸਾਨੂੰ ਬਹੁਤ ਵੱਡਾ ਉਸ ਗੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ 'ਤੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜ੍ਹੇ ਦਿਨ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ ਅਤੇ ਬਹੁਤ ਵੱਡਾ ਨਿਆਂ ਹੋ ਗਿਆ ਪਰਮਾਤਮਾ ਨੇ ਬਹੁਤ ਵੱਡਾ ਹਾਂਜੀ ਸਾਰਿਆਂ ਨੇ ਜੀ ਇੱਥੇ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਦੇ ਮੇਰੇ ਹੋਰ ਪਹਿਲਾਂ ਮਹਿਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਆ ਰਹੇ ਪਰ ਕੀ ਕੀਤਾ ਜਾ ਸਕਦਾ ਪਰਮਾਤਮਾ ਦਾ ਭਾਣਾ ਇਹਦੇ ਵਿੱਚ ਕੁਛ ਕੀਤਾ ਨਹੀਂ ਜਾ ਸਕਦਾ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪੈ ਗਿਆ ਬੜਾ ਹੀ ਹੋਣਹਾਰ ਨੌਜਵਾਨ ਸੀਗਾ ਅਤੇ ਬੜਾ ਹੀ ਐਨਰਜੈਟਿਕ ਸੀਗਾ ਪੜ੍ਹਨ ਦੇ ਵਿੱਚ ਬਹੁਤ ਅੱਛਾ ਸੀਗਾ ਪਰ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਸਾਡਾ ਪਰਿਵਾਰ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਮੇਰਾ ਨਾਮ ਮਨਵੀਰ ਸਿੰਘ ਲਈ ਅਤੇ ਜਿਹੜੇ ਵਿਸ਼ਵਰਾਜ ਸੀ ਇਹਦੇ ਨਾਲ ਤੁਹਾਡੇ ਕੀ ਰਿਲੇਸ਼ਨ ਸੀ ਵਿਸ਼ਵਰਾਜ ਸਿੰਘ ਲਈ ਜਿਹੜੇ ਸੀ ਲੱਗਦੇ ਤਾਂ ਮੇਰੇ ਚਾਚਾ ਜੀ ਸੀ ਅਤੇ ਪਰ ਮੈਂ ਕਹਿੰਦਾ ਉਹਨਾਂ ਨੂੰ ਵੱਡਾ ਵੀਰੇ ਸੀਗਾ ਜੀ ਕਿਉਂਕਿ ਉਹ ਕਹਿੰਦੇ ਸੀ ਵੀ ਮੈਨੂੰ ਚਾਚਾ ਜੀ ਨਾ ਕਿਹਾ ਕਰ ਵੀ ਮੈਂ ਉਹਨਾਂ ਨੂੰ ਵੀਰੇ ਹੀ ਕਹਿੰਦਾ ਜੀ ਬਹੁਤ ਵਧੀਆ ਨੇਚਰ ਸੀਗਾ ਜੀ ਉਹਨਾਂ ਦਾ ਬਹੁਤ ਗੁੱਡ ਨੇਚਰ ਸੀ ਬਾਕੀ ਬਹੁਤ ਵਧੀਆ ਸੁਭਾਅ ਸੀਗਾ ਹਸਮੁੱਖ ਸੁਭਾਅ ਜੀ ਹਰੇਕ ਨਾਲ ਜਿੱਦਾਂ ਦਾ ਬੰਦਾ ਹੁੰਦੀ ਉਹੋ ਜਿਹਾ ਬਿਹੇਵ ਕਰ ਲੈਂਦੇ ਸੀਗੇ ਹਰੇਕ ਨਾਲ ਬਹੁਤ ਵਧੀਆ ਜਾਣੀ ਬਹੁਤ ਵੱਡਾ ਘਾਟਾ ਪੈ ਗਿਆ 2017 'ਚ ਲਏ ਸੀ ਜੀ ਲਾਸਟ ਦਸੰਬਰ ਦੇ ਲਾਸਟ 'ਚ ਲਏ ਸੀਗੇ ਸਟੱਡੀ ਵੀਜ਼ੇ 'ਤੇ ਐਲਸ ਕਲਰਕ ਲਈ ਅਤੇ ਇੱਕ ਵਾਰੀ ਆਏ ਸੀਗੇ ਜੀ ਢਾਈ ਸਾਲ ਪੂਰੇ ਹੋਇਆਂ 'ਤੇ ਆਏ ਸੀਗੇ ਉਦੋਂ ਤਾਂ ਸਿਰਫ 8 ਦਿਨ ਦੇ ਖਾਤਰ ਆਏ ਸੀਗੇ ਅਤੇ ਬਸ 8 ਦਿਨਾਂ ਦੇ ਵਿੱਚ ਵਿੱਚ ਚਲੇ ਗਏ ਉਸ ਤੋਂ ਬਾਅਦ 'ਚ ਤਾਂ ਹੁਣ ਮੈਨੂੰ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਮੈਰਿਜ ਵੀ ਹੋਣ ਵਾਲੀ ਸੀ ਹਾਂਜੀ ਹੁਣ ਉਹਨਾਂ ਦੀ ਮੈਰਿਜ ਹੋਣ ਵਾਲੀ ਸੀਗੀ ਜਨਵਰੀ 'ਚ ਕਹਿ ਰਹੇ ਸੀਗੇ ਵੀ 2024 ਦੇ ਜਨਵਰੀ 'ਚ ਉਹਨਾਂ ਦੀ ਮੈਰਿਜ ਕਰਾਂਗੇ ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਉਹਨਾਂ ਦਾ ਫੋਨ ਆਉਂਦਾ ਹੁੰਦਾ ਜੀ ਅਕਸਰ ਕਹਿੰਦੇ ਸੀ ਉਹ ਵੀ ਤੂੰ ਪਲੱਸ 2 ਜਾਂ ਵੀ ਆਪਦੀ ਮੈਨੂੰ ਅਕਸਰ ਕਹਿੰਦੇ ਵੀ ਆਪਦਾ ਫ੍ਰੀ ਰਹੀ ਵੀ ਜਦ ਮੈਂ ਆਉਣਾ ਕਹਿੰਦੇ ਵੀ ਮੈਂ ਮਹੀਨਾ ਡੇਢ ਮਹੀਨਾ ਮੈਰਿਜ ਜਨਵਰੀ ਦਾ ਮਹੀਨਾ ਮੈਂ ਸਾਰਾ ਤੈਨੂੰ ਕਹਿੰਦੇ ਆਪਦੇ ਕੋਲ ਹੀ ਰੱਖਣਾ ਕਹਿੰਦੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਮੈਰਿਜ ਨੂੰ ਹੁਣ ਇਹ ਸਦਮੇ ਨਾਲ ਪਰਿਵਾਰ ਦੀ ਕਿਹੜੀ ਹਾਲਤ ਆ ਸਦਮੇ ਨਾਲ ਦੇਖੋ ਜੀ ਹਾਲਤ ਦਾ ਪਰਿਵਾਰ ਦੀ ਬਹੁਤ ਜ਼ਿਆਦਾ ਗੰਭੀਰ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਯਾਨੀ ਕੱਚਾ ਨੂੰ ਇਹਨਾਂ ਦਾ ਰਾਜਾ ਹੈ ਅਸੀਂ ਤਾਂ ਰਾਜਾ ਹੀ ਕਹਿੰਦੇ ਵਿਸ਼ਵਰਾਜ ਨਹੀਂ ਕਹਿੰਦੇ ਇਹਦੇ ਰਾਜਾ ਹੀ ਕਹਿੰਦੇ ਹਾਂ ਰਾਜੇ ਚਾਚੇ ਵੀਰੇ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਚਲੋ ਥੋੜ੍ਹਾ ਜਿਹਾ ਕੰਟਰੋਲ ਕਰ ਰਹੇ ਨੇ ਸਮਝ ਰਹੇ ਨੇ ਵੀ ਵਾਹਿਗੁਰੂ ਦਾ ਜੋ ਭਾਣਾ ਉਹਨੂੰ ਮੰਨ ਰਹੇ ਨੇ ਪਰ ਉਹਨਾਂ ਦੇ ਮਦਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ
ਉਹ ਬਹੁਤ ਜ਼ਿਆਦਾ ਸਦਮੇ 'ਚ ਨੇ, ਅਤੇ ਸਾਡੇ ਭਾਬੀ ਜੀ ਉਹ ਵੀ ਬਹੁਤ ਜ਼ਿਆਦਾ ਸਦਮੇ 'ਚ ਨੇ।